ਆ ਦੇ ਦਿਓ ਯਾਰ, ਇਹਨਾਂ ਨੂੰ, ਇਹਨਾਂ ਨੇ ਬੜਾ ਦੁਖੀ ਕੀਤਾ ਜੀ। ਮੈਨੂੰ ਸਮਝ ਨਹੀਂ ਆਉਂਦਾ ਕਿਹੜਾ ਕਿੱਧਰ ਰੱਖਾਂ। ਜਾਂਚ ਹੈ ਨਹੀਂ ਭਾਬੀ ਨੂੰ, ਜਾਂਚ ਹੈ ਨਹੀਂ ਤਾਂ ਕਰ ਲਿਆ ਪਤਾ। ਤੇ ਉਹ ਚੂਚਿਆਂ ਨੂੰ ਨਹੀਂ ਦੇਣਾ ਖਾਣ ਨੂੰ, ਦੋਵੇਂ ਚੀਜ਼ਾਂ ਦਾ ਜਿਹੜਾ ਉਹ ਪਾਇਆ ਉਹ ਤਾਂ ਮੈਨੂੰ ਡੈਡੀ ਦਾ ਪਾਇਆ। ਪਪਾ ਨੂੰ ਵੇਸੀ ਪਾਦਰੇ ਤੇ ਅੱਛਾ ਪਪਾ ਇੱਕ ਪਾਰੀ ਕਰਨਾ। ਬਾਏ ਚੱਲ, ਧਿਆਨ ਰੱਖੀ ਆਪਣਾ, ਬਾਏ ਬਾਏ। ਆਹ ਖੋਲਿਆ ਵਾ, ਅੰਬਰ ਲੱਗਾ ਸੀਗਾ, ਪੱਖਾ ਗਿਆ ਸੜ ਇਹਨਾਂ ਦਾ। ਅਸਲ 'ਚ ਪੱਖਾ ਤਾਂ ਸੜ ਗਿਆ ਵੀ ਇਹਦਾ ਬੈਰਿੰਗ ਜਿਹੜਾ ਜਾਮ ਹੋਇਆ, ਉਹਨੇ ਪੱਖਾ ਖੋਲਿਆ, ਬੈਰਿੰਗ ਮਾੜਾ ਮੋਟਾ ਜਿਹਾ ਹਿਲਦਾ, ਬੈਰਿੰਗ 'ਤੇ ਜਾਮ ਹੋਇਆ ਪਿਆ ਉਹਦੇ। ਆਹ ਵੇਖੀ ਇੰਨਾ ਕੁ ਕੰਮ ਕਰ ਲਈਦਾ ਵਾ, ਆਹ ਪੱਖਾ ਜਿਹੜਾ ਨਹੀਂ ਇਹਦਾ ਕੰਮ ਹੋ ਗਿਆ ਵਾ ਇਹਨਾਂ ਦੇ। ਆਹ ਵਿਛਲਾ ਵੇ ਸੜ ਗਿਆ ਨਾ, ਕਵੈਲ ਕੇ ਕੀ ਕਹਿੰਦੇ ਇਹਨੂੰ, ਆਹ ਜਿਹੜੀ ਆਹ ਸੜ ਗਏ ਸਾਰੇ ਵਿਛਲੇ। ਗੱਡੀ ਪਹੁੰਚ ਗਈ ਆਪਣੇ ਕੋਲ 6:12 'ਤੇ, 12 ਮਿੰਟ 'ਤੇ ਗੱਡੀ ਪਹੁੰਚੀ ਆ, ਅਤੇ ਕਰਤੀ ਓਕੇ, ਵਾਸ਼ ਵਾਸ਼ ਵੀ ਕਰਤੀ ਗੱਡੀ ਇਹਨਾਂ ਨੇ ਪੂਰੀ ਓਕੇ। ਕੈਮਰੇ ਦੇ ਵਿੱਚ ਜਿਹੜੀ ਅਜੇ ਪ੍ਰੋਬਲਮ ਸੋਲਵ ਨਹੀਂ ਹੋਈ ਵੀ, ਪਤਾ ਕਿਉਂ, ਉਹ ਕਹਿੰਦੇ ਆ ਵੀ ਇਹਦੇ ਅੰਦਰੋਂ ਕੋਈ ਸਪੇਅਰ ਪਾਰਟ ਜਿਹੜਾ ਨਹੀਂ ਆ ਉਹ ਪੈਣਾ। ਇੱਕ ਮਿੰਟ ਪੁੱਤਰ। ਹਾਂ ਹਾਂ ਵੇਖੋ ਇਹਦੇ ਅੰਦਰ, ਆਹ ਵੇਖੋ ਅਜੇ ਤੱਕ ਕੈਮਰੇ ਜਿਹੜੇ ਵਰਕ ਨਹੀਂ ਕੀਤੇ ਵੀ, ਉੱਥੋਂ ਲੈ ਕੇ ਆਏ ਆ ਗੱਡੀ 'ਤੇ ਸਹੀ 'ਚ ਆਪਣਾ ਕੈਮਰੇ ਵਰਕ ਕਰਦੇ ਰਹੇ, ਹੁਣ ਫਿਰ ਇੱਥੇ ਆਣ ਕੇ ਖਿਲਾਰੀ ਆ, ਅਤੇ ਉਹਦੇ ਸਾਹਮਣੇ ਬੰਦੇ ਦੇ ਜਿਹੜਾ ਗੱਡੀ ਛੱਡ ਗਿਆ ਉਹਦੇ ਸਾਹਮਣੇ ਕੈਮਰੇ ਚੱਲਣੇ ਬੰਦ ਹੋ ਗਏ ਆ, ਅਤੇ ਹੁਣ ਕਹਿੰਦੇ ਆ ਵੀ ਪਤਾ ਨਹੀਂ ਇਹਦੇ ਅੰਦਰ ਜਿਹੜੀ ਸਾਰਾ ਸਿਸਟਮ ਆ ਵਾਲਾ ਜਿਹੜਾ ਨਹੀਂ ਇਹ ਚੇਂਜ ਹੋਣਾ ਆ ਜਾਂ ਕਿੱਦਾਂ ਆ। ਕੋਈ ਨਹੀਂ, 5 ਸਾਲ ਦੀ ਗਰੰਟੀ, ਕਹਿੰਦਾ ਜਦੋਂ ਮਰਜ਼ੀ ਚੇਂਜ ਕਰਾ ਜੇ। ਮੈਂ ਕਿਹਾ ਹੁਣ ਮੇਰੇ ਕੋਲ ਟਾਈਮ ਨਹੀਂ ਹੈਗਾ, ਅਤੇ ਹੁਣ ਮੈਂ ਬਟਾਲੇ ਜਾਣਾ ਆ, ਅਤੇ ਮੈਂ ਹੁਣ ਨਹੀਂ ਮੈਂ ਕਰਾਉਣਾ, ਮੈਂ ਬਾਅਦ 'ਚ ਵੇਖ ਲਾਂਗਾ ਹੁਣੇ। ਅਤੇ ਹੁਣ ਮੈਂ ਚੱਲਿਆ ਬਟਾਲੇ, ਤੁਹਾਨੂੰ ਭਾਅ ਜੀ ਹੁਣੀ ਆਏ, ਉਹਨਾਂ ਦੇ 20,000 ਸਬਸਕ੍ਰਾਈਬਰ ਕੰਪਲੀਟ ਹੋ ਗਏ ਨੇ, ਅਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਯੂਟਿਊਬ ਦੇ। ਅਤੇ ਹੁਣ ਉਹਨਾਂ ਨੇ ਕੇਕ ਕੱਟਣਾ ਆ, 10 ਮਿੰਟ ਰੁਕਾਂਗੇ ਫਿਰ ਮੈਂ ਚਲੇ ਜਾਣਾ ਆ। ਹਾਂਜੀ ਉਹ ਨਾ ਗੱਡੀ ਨਾ ਹੈਲੋ ਕਰਦੀ, ਹੈਂ ਅੱਗੇ ਬੜਾ ਘਾਟਾ ਚੱਲਣ ਡਿਆ, ਸਿਸਟਮ ਬੜਾ ਔਖਾ ਚੱਲਣ ਡਿਆ ਜੀ। ਭਾਜੀ ਹੁਣੀ ਆਏ ਨੇ, ਭਾਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਹਾਂਜੀ ਖਵਾ ਦਿਓ ਕਿਤੇ ਮਾਸਾ, ਕਿਤੇ ਤੁੰਬਾ, ਕਿਤੇ ਕੇਕ ਲਓ ਲਓ ਲਓ, ਖਵਾਉਣੇ ਖਵਾਉਣੇ ਦੋ, ਇੱਕ ਵੀ ਨਹੀਂ ਖਵਾਉਣਾ। ਹਾਂਜੀ ਕਿੰਨੇ ਕਹਿ ਰਹੇ, ਕਿੰਨੇ ਨਹੀਂ, 20,000 ਹੋ ਗਏ, 20 ਹੋ ਗਏ, 20 ਹਾਂ ਹਾਂ 20,000 ਹੋ ਗਏ, 20 ਕਹਿ ਰਹੇ। ਹਾਂਜੀ ਹਾਂਜੀ 20 ਕਹਿ ਰਹੇ, 20 ਕਹਿ ਰਹੇ। ਹਾਂਜੀ ਕੇਕ ਲੱਗੇ ਬਸ ਕੱਟਣ, ਤੇ ਫਿਰ ਖਾਵਾਂਗੇ। ਮੈਂ ਵੱਡੀ ਵਾਲੀ ਵਧਾਈ ਬਣਦੀ, ਪੱਖਾ ਸੜ ਗਿਆ ਉਹਦਾ ਤੇ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸ਼ਾਹ ਜੀ, ਮੁਬਾਰਕਾਂ ਬਹੁਤ ਬਹੁਤ। ਨਹੀਂ 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 ਆਪਣੇ ਨਹੀਂ, 20K ਦੀਆਂ ਯੂਟਿਊਬ ਦੀਆਂ, ਤੁਹਾਨੂੰ ਯੂਟਿਊਬ ਦੀਆਂ, ਉਹ ਤੇ ਵੱਡੀ ਵਾਲੀ ਬਣਦੀ ਨਾ ਵਧਾਈ। ਦੋਵੇਂ ਬੋਦੀਆਂ ਖੋਲ ਕੇ ਇੱਕੋ ਕਰਤੀ, ਹੁਣ ਕੇਕ ਲੈ ਆਉਂਦੇ ਨੇ ਦੋ। ਅਸਲ ਚ ਨਾ ਕਹਿੰਦੇ ਵੀ ਇੱਕ ਤੇ ਵੱਡੀ ਨੇ ਖਾ ਲੈਣਾ ਆ, ਉਹ ਤਾਂ ਫਿਰ ਦੋ ਲਿਆਂਦੇ ਫਿਰ ਵੇਖ ਕੇ ਨਾ। ਤੇ ਅਜੇ ਉਹ ਹੈਨੀ ਆ, ਉਹ ਗਈ ਆ ਬਾਜ਼ਾਰ। ਵੀਹ ਕੇ ਇੱਧਰ ਹੋ ਜਗਾ ਦੋ ਯਾਰ, ਤੁਸੀਂ ਕਾਂਡੇ 6 ਮਹੀਨੇ ਲਾਤੇ ਆ, ਹੈਂ ਹੈ ਨੀ ਬੰਦੇ ਇੱਕ ਹੋਰ ਚਮਚ ਖਵਾ ਦੋ। ਉਧਰ ਦੇ ਦਿਓ ਪਹਿਲਾਂ, ਮੈਂ ਡਾਕਟਰ ਨੂੰ ਲੋੜਾਂ। ਤੁਸੀਂ ਕਹਿ ਕੇ ਆ ਜਾਓ, ਤੁਸੀਂ ਕੋਈ ਨਾ ਕਹਿੰਦੇ ਭਾਜੀ ਨੂੰ ਖਵਾ ਦੋ ਨਾ।
ਦੇ ਦਿਓ ਯਾਰ, ਇਹਨਾਂ ਨੇ ਇਹਨਾਂ ਨੇ ਬੜਾ ਦੁਖੀ ਕੀਤਾ ਜੀ, ਦੇ ਦੋ ਖਾ ਲੋ। ਵਧੀਆ ਗੱਡੀ ਵੈਸੇ, ਏਜੰਸੀ ਵਾਲੇ ਧੋਂਦੇ ਆ ਵੀ ਸਭ ਨੂੰ ਵਧੀਆ। ਵੇਖ ਲਓ ਪੂਰੀ ਓਕੇ ਕਿ ਨਹੀਂ, ਕੀ ਹੈ ਫੜ ਲਓ ਇਹਨੂੰ, ਫੜ ਦੋ ਫੜ ਦੋ ਫੜ ਦੋ, ਜਾਓ ਜਾਓ ਫੜ ਦੋ। ਕੇਕ ਕੱਟਣ ਡੇ ਨੇ, ਲੈ ਦੋ ਉਹਨੇ ਗੰਦੀ ਫੜ ਦੇਣੀ। ਭਾਬੀ ਕਲਪ ਗਈ ਚੁੰਨੀ ਚ, ਉਹ ਜਿੰਨੀ ਭਾਰੀ ਆ ਹੁਣ ਚੁੰਨੀ ਦੱਸ ਰਹਿਣ ਡੀ, ਕਹਿੰਦਾ ਉਹ ਚ ਪਾ ਸਕੀਮ ਵੇ ਤੂੰ ਚੁੰਨੀ ਵੇ ਕਾ ਚਾਰਜਰ ਕਈ ਚਾਚੇ ਆ ਵੀ ਹੈ ਕਾਚੇ ਚਾਰਜਰ ਹਾਂਜੀ ਭਾਜੀ ਜੀ ਨੀਂਦਰਾ ਚੜਿਆ ਰਹਿੰਦਾ ਨੀਂਦਰਾ ਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਆ ਹੁਣੇ ਲੈ ਬਾਜੀ ਲੱਗੀ ਪੈਣ ਦੀ ਬਚਾਅ ਹੋ ਗਿਆ ਇੱਕ ਵਜੀ ਇਹਦੇ ਨਾਲ ਇੱਥੇ ਅੱਸੀ ਜਿਹਦੇ ਨਾਲ ਵਜੀ ਕਿਹਦਾ ਇਹਦੇ ਨਾਲ ਵਜੀ ਆ ਚੱਲ ਕੋਈ ਨਾ ਚਲੋ ਚੱਲ ਗਏ ਹੁਣ ਆਪਾਂ ਆ ਆਪਣਾ ਲਿਫਾਫੇ ਮੂਹਰੇ ਕਰਤੇ ਬੈਗ ਇੱਥੇ ਕੀ ਆ ਅੱਛਾ ਆਹ ਗੁੱਡੀਆਂ ਦੇ ਖਿਡੌਣੇ ਜਿਹੜੇ ਦਿੱਤੇ ਭਾਜੀ ਨੇ ਉਹ ਆ ਅਤੇ ਆਹ ਗੱਡੀ ਦੇ ਜਿਹੜੇ ਰਮਾਰ ਰਮੂਲ ਆ ਉਹ ਆ ਵਿੱਚ ਪਏ। ਵੈਲਕਮ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਇਹਦੇ ਵਲੋਗ ਦੇ ਵਿੱਚ। ਅਤੇ ਹੁਣ ਆਪਣੀ ਹੈਗੀ ਜਾਣ ਦੀ ਤਿਆਰੀ ਬਟਾਲੇ ਵੱਲ ਨੂੰ, ਅਤੇ ਲਿਫਾਫੇ ਲੁਫੇ ਆਪਾਂ ਚੱਕ ਲਏ ਨੇ ਅਤੇ ਆਹ ਕੁੜੀਆਂ ਨੇ ਬਹੁਤ ਜ਼ਿਆਦਾ ਚੁੱਕੀ ਹੋਈ ਹਾਂ ਹਾਂ ਪਤਾ ਉਹ ਡਿੱਗਣ ਲੱਗੀ ਜਦ ਡਿੱਗਦੀ ਫਿਰਨ ਦੀ ਅੱਜ ਇੱਧਰ ਆ ਇੱਕ ਪਾਪਾ ਨੂੰ ਮੈਸੇਜ ਪਾ ਦਿਓ ਪਾਪਾ ਨੂੰ ਮੈਸੇਜ ਪਾ ਦਿਓ ਇੱਕ ਗੱਡੀ ਮੈਂ ਚੱਲ ਸਹੀ ਹੋ ਜੂ ਉਹ ਹੋਈ ਨੀ ਹੁਣ ਤੇ ਚੱਲਦੇ ਹਾਂ। ਚਲੋ ਠੀਕ ਆ ਜੀ, ਓਕੇ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਓਕੇ ਬਾਏ। ਪਾਪਾ ਇੱਕ ਪਾਰੀ ਕਰਨਾ ਆ ਬਾਏ ਕਰ ਦੋ ਬਾਏ ਬਾਏ ਚੱਲ ਧਿਆਨ ਰੱਖੀ ਆਪਣਾ ਬਾਏ ਬਾਏ। ਹੁਣ ਆਪਾਂ ਇੱਥੋਂ ਚੱਲ ਪਏ ਹਾਂ ਅਤੇ 8 ਵੱਜ ਗਏ ਨੇ ਹੁਣ ਅਤੇ ਦੇਖਦੇ ਕਿੰਨੇ ਕੁ ਵਜੇ ਨਾਲ ਪਹੁੰਚਦੇ ਹਾਂ। 7:40 ਹੋ ਗਏ ਆ ਅਤੇ ਮੈਂ ਤਾਰਾਂ ਵਾਲੇ ਪੁੱਲ 'ਤੇ ਥੋੜ੍ਹਾ ਪਿੱਛੇ ਜੀ ਖਲੋਤਾ ਹਾਂ। ਬਟਾਲੇ 'ਤੇ ਆਪਾਂ ਪਹੁੰਚ ਗਏ ਹੁਣ, ਮੈਂ ਕਿਹਾ ਗੱਡੀ 'ਚ ਥੋੜ੍ਹਾ ਤੇਲ ਖਵਾ ਲਈਏ ਅਤੇ ਕੈਮਰੇ ਚੱਲ ਪਏ ਆ ਹੁਣ ਦਿਖਾਉਣਾ ਮੈਂ ਚੱਲ ਪਏ ਨਾ ਇਵੇਂ ਹੀ ਆਪਣੇ ਆਪ ਹੀ ਚੱਲ ਪੈਂਦੇ ਆਪਣੇ ਆਪ ਬੰਦ ਹੋ ਜਾਂਦੇ ਆ ਆਹੀ ਚੱਕਰ ਆ ਬਸ ਆਹੀ ਪ੍ਰੋਬਲਮ। ਅਤੇ ਹੁਣ ਇਹ ਕਹਿੰਦੇ ਆ ਵੀ ਜਦੋਂ ਤੁਸੀਂ ਫ੍ਰੀ ਹੋ ਗਏ ਕਰਵਾ ਲਏ ਜਦੋਂ ਮਰਜ਼ੀ ਆਹ ਬਿੱਲ ਜਿਹਾ ਫੜਾ ਤਾ ਇਹਨਾਂ ਨੇ ਜੋ ਵੀ ਕੁਝ ਕੀਤਾ ਇਹਨਾਂ ਨੇ ਸਰਵਿਸ ਸਰਵਿਸ ਦੀ ਗੱਡੀ 'ਚ ਜੋ ਵੀ ਹੋਇਆ ਸਿਸਟਮ। ਪਹੁੰਚ ਗਏ ਹਾਂ ਘਰੇ, ਇਹਦੇ 'ਚ ਤਾਂ ਗੁੜੀਆਂ ਦੇ ਖਿਡਾਉਣੇ ਆ ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਸਮਾਨ ਆ ਇਹ ਗੱਡੀ 'ਚ ਰੱਖ ਦੇਣਾ ਆ ਕਿਉਂਕਿ ਆਹ ਰੁਮਾਲ ਜਿਹੜੇ ਨਹੀਂ ਆ
ਇਹ ਗੱਡੀ 'ਚ ਰੱਖਦੇ ਇਹ ਬਾਹਰ ਕੀ ਕਰਨੇ ਆਪਾਂ, ਬਸ ਇਹੋ ਹੀ ਹੈ ਨਾ, ਬਸ ਇਹੀ ਹੈ, ਹੋਰ ਨਹੀਂ ਕੁਛ ਵੀ। ਆਹ ਪਾਵਰ ਬੈਂਕ ਆ, ਇਹ ਵੀ ਮੈਨੂੰ ਲੱਗਦਾ ਡੈਡੀ ਆ ਵੀ ਇਹ ਗੱਡੀ 'ਚ ਰਹਿਣ ਦੇਣਾ ਪਿਆ ਹੈਗਾ ਇੱਕ ਸਾਈਡ, ਚਲੋ ਕੰਮ ਆ ਜੂਗਾ। ਪਹੁੰਚ ਗਏ ਘਰੇ, ਦੋਵਾਂ ਵੱਜਾ ਆ, ਹਰਗਨ ਤਾਂ ਬਣਾ ਘਰ ਸੰਨਾ ਸੰਨਾ ਹੋਣਾ ਵੇਖਿਓ, ਕਿਉਂਕਿ ਮੈਂ ਤਾਂ ਚੱਲ ਅਜੇ ਹਰਗੁਣ ਕੋਲੋਂ ਹੀ ਆਇਆ ਵਾਂ, ਅਤੇ ਇਹ ਵਿਚਾਰਿਆਂ ਦਾ ਡੈਡੀ ਮੰਮੀ ਹੋਣਾਂ ਦਾ ਜੀ ਨਹੀਂ ਲੱਗਦਾ, ਕਿਉਂਕਿ ਹਰਗੁਣ ਹੋਣਾ ਇਹ ਆ ਵੀ ਇਹ ਬਹੁਤਾ ਖਿਡਾਉਂਦੇ ਨੇ ਬਾਹਰ ਨੂੰ ਲੈ ਗਏ ਆ ਗਏ ਇੱਦਾਂ। ਹਾਂਜੀ ਡੈਡੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਜੀ, ਠੀਕ ਠਾਕ। ਫਿਰ ਸਨਰੇਜ਼ਰ ਨੇ ਕੱਢਿਆ ਧੂੰਆਂ ਪੂਰਾ ਕਲਈ, ਅੱਜ ਦਾ ਰਿਕਾਰਡ ਮੈਨੂੰ ਲੱਗਦਾ ਅਗਲਾ ਪਿਛਲਾ ਸਾਰਾ ਤੋੜ ਦੇਣਾ। ਆਹ ਖਿਡਾਉਣੇ ਤੈਨੂੰ ਭਾਅ ਜੀ ਨਾਲ ਲਿਆਉਂਦੇ ਗੇ, ਆਹ ਲਿਫਾਫੇ 'ਚ ਉਹ ਲਿਆਉਂਦੇ ਆ ਅਨੰਦਪੁਰ ਸਾਹਿਬ ਤੋਂ ਹਰਗੁਣ ਵਾਸਤੇ ਕਢਾਉਣੇ, ਇਹ 'ਚ ਪਏ ਇਹ 'ਚ ਮੇਰੇ ਹੋਈ ਕੱਪੜੇ ਬੜੇ ਜੇ ਤੁਹਾਨੂੰ ਭਾਅ ਜੀ ਨਾਲ ਲਿਆਉਂਦੇ ਅਨੰਦਪੁਰ ਸਾਹਿਬ ਨਹੀਂ ਗਏ, ਅਤੇ ਪਤਾ ਨਹੀਂ ਇੱਕ ਕੜਾ ਖਣੀ ਇਹਦੇ ਵਿੱਚ ਹੋਣਾ ਜਾਂ ਉਹਦੇ 'ਚ ਹੋਣਾ ਵਾ, ਇੱਕ ਤੁਹਾਡੇ ਜੋਗਾ ਵੀ ਲਿਆਉਂਦਾ ਹੈ ਧਿਆਨ ਨਾਲ। ਚੱਲ ਪਹੁੰਚ ਗਏ ਘਰੇ, ਰੋਟੀ ਟਿਕਾਲੀ ਕਿ ਨਹੀਂ ਮੰਮੀ, ਸਤਿ ਸ਼੍ਰੀ ਅਕਾਲ, ਹਰ ਗੁਣੋਂ ਲਿਆ ਕੇ ਅਤੇ ਖਿਡਾਉਣੇ ਜੇ ਆ ਇਹਦੀ ਲੱਥ ਗਈ ਇੱਕ, ਚੱਲ ਵੀ ਇੱਕ ਇਹਦੀ ਹੋਰ ਹੋਣੀ ਇੱਕ ਆ ਵੀ, ਇਹ ਮੈਂ ਨਾਲ ਹੀ ਲਾਇਆ, ਫਿਰ ਉਹ ਕਹਿੰਦੀ ਲੈ ਜਾ, ਮੈਂ ਲੈ ਆ ਨਾਲ ਹੀ, ਅਤੇ ਉਹ ਪ੍ਰਸ਼ਾਦ ਹੈ, ਪ੍ਰਸ਼ਾਦ ਤਾਂ ਦੇ ਤਾ ਮੈਂ, ਪਤਾ ਨਹੀਂ ਇੱਦਾਂ ਹੀ ਖੜੀ ਰਿੜਦੀ ਕਿ ਚਾਬੀ ਜੀ ਪਤਾ ਨਹੀਂ ਹੈਗੀ ਹੋਣੀ ਹੈ ਨਾ, ਆਹ ਵਿੱਚ ਹੋਣੀ ਇਹਦੇ ਵਿੱਚ ਡਿੱਗੀ ਹੋਣੀ ਹੈ ਬਾਈ ਜੀ, ਉਹ ਵਿੱਚ ਹੈਗੀ ਆਹ ਹੀ ਕੜਾ ਵੀ ਜੀ, ਸੱਚ ਲੈ ਡੈਡੀ ਲੱਭ ਗਿਆ ਜੀ, ਉਹ ਕੜਾ ਵੀ ਲੈ ਵਿੱਚੇ ਸਾਰਾ ਸਮਾਨ ਪਿਆ ਜੀ, ਆਉਂਦਾ ਤੈਨੂੰ ਕੜਾ ਵਾਲਾ ਵੇਖੋ ਭਲਾ ਕੜਾ ਕੜਾ ਉਹ ਡੈਡੀ ਦਾ, ਮੇਰਾ ਵੀ ਇੱਕ ਆ ਮੈਂ ਪਾ ਲਿਆ ਆਪਣਾ, ਆ ਪੁਰਾਣਾ ਲਾ ਲਿਆ ਪੁਰਾਣਾ ਮਰਕੋਂ, ਆਊਗਾ ਕਿ ਨਹੀਂ ਚੜ ਗਿਆ, ਚੱਲ ਵੀ ਬਣ ਗਈ ਗੱਲ ਆ ਗਿਆ, ਤੈਨੂੰ ਭਾਅ ਜੀ ਨਹੀਂ ਗਏ, ਉਹ ਗਏ ਉਹ ਲੈ ਕੇ ਆਏ ਸਵੇਰੇ ਕਿਰਨ ਹੋਣਾ ਦਾ ਕੰਮ ਵੇਖ ਕੇ ਆਉਂਦੇ ਹਾਂ ਵੀ ਕਿੰਨਾ ਕੁ ਨਿਬੜ ਗਿਆ ਜਾਂ ਕਿੰਨਾ ਕੁ ਨਹੀਂ ਨਿਬੜਿਆ ਵੀ ਅਜੇ ਤੱਕ, ਅਤੇ ਮੈਂ ਤਾਂ ਮੈਚ ਵੇਖਣ ਡਿਆ ਸੀਗਾ। ਲੈ ਵੀ ਤਿਆਰ ਸ਼ਿਆਰ ਹੋ ਗਏ ਹਾਂ ਅਤੇ ਅੰਮ੍ਰਿਤਸਰ ਜਾਣ ਦੀਆਂ ਤਿਆਰੀਆਂ ਨੇ, ਅਤੇ ਤੁਹਾਨੂੰ ਦੱਸਦੇ ਹਾਂ ਕਿਹਦੇ ਨਾਲ ਚੱਲੇ ਹਾਂ ਅੰਮ੍ਰਿਤਸਰ, ਅਤੇ ਕੰਮ ਵੈਸੇ ਉਸੇ ਭਰਾ ਨਹੀਂ ਆ ਵਿੱਕੀ ਨੂੰ ਹੀ ਆ, ਵਿੱਕੀ ਦੇ ਨਾਲ ਚੱਲੇ ਹਾਂ, ਅਤੇ ਵਿੱਕੀ ਨੂੰ ਕੰਮ ਆ ਥੋੜ੍ਹਾ ਜਿਹਾ। ਉਹ ਕੀ ਲੱਗ ਗਿਆ ਗੱਡੀ ਨੂੰ? ਗੱਡੀ ਨੂੰ ਕੁਛ ਨਹੀਂ ਲੱਗਾ ਵੀ, ਗੱਡੀ ਅਜੇ ਕੱਲ੍ਹ ਧਵਾ ਕੇ ਲਿਆਉਂਦੀ ਨੇ, ਮੈਂ ਚੱਲ ਜੰਸੀ ਚਾਹ ਦੋ ਦਿਨ ਸਾਫ ਰਵੇ, ਗੱਡੀ ਬੜੀ ਹੁੰਦੀ ਹੈ ਕਿਉਂਕਿ ਪੇਸਟੀ ਬੜੀ ਖਾਧੀ ਜਾਂਦੀ ਨੇ, ਰੌਲਾ ਇੰਨਾ ਪਾਇਆ ਸੀ ਨਾ, ਆ ਜਾ ਆ ਜਾ ਲਾਈ ਸੀ ਹੈ, ਅਤੇ ਹੁਣ ਹੁਣ ਵਿਕਸ ਲੈਣ ਗਿਆ ਯਾਰ, ਗੱਲ ਬੜਾ ਖਰਾਬ ਹੋਇਆ ਵੱਡੇ ਭਰਾ ਦਾ, ਤਾਂ ਉਹਦਾ ਪੇਸਟੀ ਖਾਂਦਾ ਬੜੀ, ਪੇਸਟੀਆਂ ਬੜੀਆਂ ਖਾਧੀਆਂ ਨਾ, ਫਿਰ ਜਨਮ ਦਿਨ ਲੰਘੇ ਨਾ ਤਾਂ ਕਰਕੇ, ਪੇਸਟੀ ਬਹੁਤ ਖਾਂਦਾ, ਪੇਸਟੀ ਘੱਟ ਕਰਿਆ ਕਰ, ਉਹਨੂੰ ਕਮਰਾ ਕੋਈ ਨਹੀਂ, ਪੇਸਟੀ ਘੱਟ ਖਾਇਆ ਕਰ, ਠੀਕ ਆ, ਸਹੀ ਗੱਲ ਆ, ਕਿਉਂਕਿ ਉਹ ਤੈਨੂੰ ਪਤਾ ਕਰੀਮ ਹੁੰਦੀ ਗਲਾ ਫੜ ਲੈਂਦੀ ਆ। ਕਿੱਥੇ ਆ? ਕਿੱਥੇ ਆ? ਆਉਂਦੇ ਆ, ਲੈ ਆ ਵਿਕਸ ਤੇ ਆ ਜਾ ਫਿਰ ਆ ਗਿਆ, ਦੇਖ ਪੇਸਟੀ ਘੱਟ ਖਾਇਆ ਕਰ, ਗਲਾ ਤੇ ਖਰਾਬ ਹੋਣਾ ਹੀ ਆ, ਵੇਸੀ ਹੁਣ ਗਲਾ ਖਰਾਬ ਹੈ ਬੁਰੇ ਹਾਲ ਵੇ ਆਉਂਦਾ, ਨਹੀਂ ਨਹੀਂ ਨਾ। ਇੱਕ ਦੀਦੀ ਕਹਿੰਦੀ ਵੀ ਮੇਰਾ ਨਾਮ ਜ਼ਰੂਰ ਲਿਓ ਵੀ, ਮੈਂ ਮਤਲਬ ਦੀਦੀ ਦਾ ਨਾਮ ਹੈਗਾ ਰੀਆ ਜਲੰਧਰ ਤੋਂ, ਅਤੇ ਚਲੋ ਯਾਰ ਖੁਸ਼ ਹੋ ਜਾਣਾ, ਹੋਰ ਕੀ ਚਾਹੀਦਾ ਹੈ ਵੀ ਨਾਮ ਲਿਆ, ਅਤੇ ਉਹਨਾਂ ਨੇ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੀਗਾ ਮੈਨੂੰ, ਤਾਂ ਮੈਂ ਕਿਹਾ ਸਹੀ ਆ, ਵੀ ਕੀ ਕੰਮ ਗਿਆ ਵਾ ਥੋੜ੍ਹਾ ਜਿਹਾ, ਮੈਂ ਇੱਥੇ ਵੇਟ ਕਰੀ ਜਾਂਦਾ ਉਹਦੀ, ਅਤੇ ਅਜੇ ਤੱਕ ਆਇਆ ਨਹੀਂ ਹੈਗਾ, ਸਿਰ ਨੂੰ ਪੀੜ ਹੋਣ ਡਿਆ ਵੀ, ਸਗੋਂ ਗੱਡੀ 'ਚ ਬਹਿ ਕੇ ਚਲਾਈਆਂ। ਹਾਂਜੀ ਵੀ ਆਪਾਂ ਅੰਮ੍ਰਿਤਸਰੋਂ ਤੁਰੇ ਹਾਂ,
ਪੀਲੀਆਂ ਬੱਸਾਂ ਤੇ ਬੰਦ ਹੋ ਗਈਆਂ, ਬਾਪਾ ਚੱਲੇ ਆ ਕਿੱਕੋ ਸ਼ਰਦਾਈ ਕੀ ਮੁੰਡੇ ਦਾ ਨਾਂ, ਉਹਦਾ ਨਾਂ ਹੈਗਾ ਤੂਫਾਨ ਸਿੰਘ, ਤੂਫਾਨ ਸਿੰਘ ਉਹ ਮੁੰਡੇ ਕੋ ਚੱਲੇ ਆ, ਮੈਂ ਯਾਰੀ ਲਾਉਂਦਾ ਹੈ ਗੋਲਡਨ ਗੇਟ ਦਾ ਸ਼ਰਦਾਈ ਪੀ ਹੈ ਯਾਰ ਹਨਾ, ਤੇ ਨਾਲੇ ਉਹਨੂੰ ਮਿਲ ਕੇ ਆਉਨੇ ਤੇ ਨਾਲੇ ਤੁਹਾਨੂੰ ਮਿਲਾਉਨੇ ਆ, ਨਾਲੇ ਵਿਖਾਉਨੇ ਸ਼ਰਦਾਈ ਕਿੱਦਾਂ ਬਣਾਉਂਦਾ ਵਾ, ਕਿੱਦਾਂ ਬਣਾਉਂਦਾ ਹੈ ਬਸ ਬਸ ਸਹੀ ਗੱਲ, ਨਾਲੇ ਆ ਮਗਰਲੇ ਬੰਦੇ ਨੂੰ ਨਾ ਸੁਸਤੀ ਬੜੀ ਪੈਣ ਡਈ ਆ, ਤੇ ਮੈਂ ਜਾਨੇ ਨੂੰ ਮਸਾ ਰਗੜਾ ਪਿਆਉਂਦੇ ਆ, ਸਹੀ ਗੱਲ ਓਕੇ ਉਹ ਸਿੱਟਾ ਤੇ ਮਿਲੀ ਨਹੀਂ ਜਾਂਦੇ ਆ ਮਿਲੀ ਜਾਂਦੇ ਆ ਸ਼ਰਾਬ ਪੀਂਦੀਆਂ ਦੋ ਬੋਲਾਂ ਪੀਣੀਆਂ ਕੋਈ ਕਹਿੰਦਾ ਇੱਕ ਗਲਾਸ ਲੱਸੀ ਦਾ ਪੀ ਲਿਆ, ਕਹਿੰਦਾ ਕੀ ਡਿੱਗੀ ਜਾਣ ਡਿਆ, ਕਹਿੰਦਾ ਕੀ ਹੋ ਗਿਆ, ਕਹਿੰਦਾ ਯਾਰ ਸੁਸਤੀ ਜੀ ਪੈ ਗਈ, ਏਦਾਂ ਹੋਇਆ ਇਹ ਚੀਜ਼ਾਂ ਹੋ ਜਾਂਦੀਆਂ ਕਿਸੇ ਵਾਲੇ ਗੁੜੀਆਂ ਨੂੰ ਲਾਇਆ ਹਰਕਨ ਉਹਨੇ ਫੋਨ, ਦੋ ਚਾਰ ਗੱਲਾਂ ਬਾਤਾਂ ਕੀਤੀਆਂ ਤੇ ਰੋਣ ਡੇ ਹੁਣ ਕਹਿ ਸੁਨੀਪ ਦੱਸਣ ਡੇ ਆ ਵੀ ਇਹ ਸਵੇਰ ਦੀ ਉੱਠੀ 7 ਵਜੇ ਦੀ ਤੇ ਡੇਢ ਵੱਜ ਗਏ ਤੇ ਸੌਣ ਦਾ ਨਾਂ ਨੀ ਲੈਣ ਡੇ ਰੋਈ ਜਾਂਦੀ, ਮੈਂ ਸੁਣਾਓ ਸੁਣਾਓ ਲੱਗੋ ਆਰੇ ਤੇ ਉਹ ਵੀ ਚੱਲੇ ਆ ਕੋਈ ਸ਼ੋਪਿੰਗ ਵਗੈਰਾ ਕਰਨ ਕੁੜੀਆਂ ਦਾ ਕੋਈ ਸੂਟ ਸਾਟ ਲਿਆਉਣਾ ਖਣੀ ਉਹਨੇ, ਤੇ ਕਹਿੰਦੇ ਇੱਥੇ ਨਾਲੇ ਰੇਟ ਵੀ ਠੀਕ ਆ ਨਾਲੇ ਵਰਾਇਟੀ ਜ਼ਿਆਦਾ ਆ ਅੰਮ੍ਰਿਤਸਰ 'ਚ, ਇਹ ਚੀਜ਼ ਦਾ ਵਿਹਾ ਆ ਫਰਕ ਤਾਂ ਹੈਗਾ, ਇੱਕ ਚੀਜ਼ ਮੈਂ ਨਾ ਤੈਨੂੰ ਹੋਰ ਦੱਸਦਾ ਆ ਤੈਨੂੰ ਵੀ ਇਹ ਚੀਜ਼ ਦਾ ਵਹਿਮ ਉਹ ਸਾਨੂੰ ਵੀ ਹੈਗਾ, ਅਸੀਂ ਕਹਿ ਦਿੰਦੇ ਅੰਮ੍ਰਿਤਸਰ ਵਰਾਇਟੀ ਬੜੀ ਆ, ਅੰਮ੍ਰਿਤਸਰ ਵਾਲਿਆਂ ਨੂੰ ਨਾ ਇਹ ਲੱਗਦਾ ਵੀ ਬਟਾਲੇ ਆ ਵਰਾਇਟੀ, ਇਹ ਚੀਜ਼ ਦਾ ਭਲੇਖਾ ਹੁਣ ਮਤਲਬ ਆਹ ਦੀਦੀ ਹੋਣੀ ਆ ਨਾ ਮੇਰੀ ਸਾਲੀਆਂ ਹੀ ਨਾ ਇਹ ਕਹਿਣਗੀਆਂ ਸੰਦੀਪ ਜਿੱਥੋਂ ਸੂਟ ਲੈਂਦੀ ਨਾ ਉੱਥੋਂ ਲੈਣੀ ਆ, ਇਹਨਾਂ ਨੂੰ ਇਹ ਵਹਿਮ ਹੋ ਜਾਂਦਾ ਵੀ ਬਟਾਲੇ ਬੜੀ ਵਰਾਇਟੀ ਆ ਤੇ ਆਪਾਂ ਨੂੰ ਇਹ ਵਹਿਮ ਹੋ ਜਾਂਦਾ ਅੰਮ੍ਰਿਤਸਰ ਬੜੀ ਵਰਾਇਟੀ ਆ, ਇਹ ਚੀਜ਼ ਭਲੇਖੇ ਰਹਿੰਦੀ ਹੁੰਦਾ ਹੀ ਹੁੰਦਾ ਹੀ ਆ, ਹੁਣ ਮੈਂ ਵਾ ਨਾ ਮੈਂ ਇਹ ਚੀਜ਼ ਸੋਚਣਾ ਪਹਿਲੇ ਕੋਈ ਜੁੱਤੀ ਲੈਣੀ ਚੱਪਲ ਲੈਣੀ ਆ, ਮੈਂ ਕਹਿੰਦਾ ਨਹੀਂ ਯਾਰ ਇਹ ਅੰਮ੍ਰਿਤਸਰ ਲਵਾਂਗੇ ਜਾ ਕੇ, ਮੈਂ ਇਹ ਸੋਚਦਾ ਰਹਿੰਦਾ ਵੀ ਬਟਾਲੇ ਹੈ ਨਹੀਂ ਵਰਾਇਟੀ, ਬਟਾਲੇ ਹੈ ਨਹੀਂ ਆ ਨਾ ਬਟਾਲੇ ਉਹ ਜੁੱਤੀ ਨਹੀਂ ਚੱਜਦੀ ਨਹੀਂ ਹੈ, ਫਿਰ ਬਟਾਲੇ ਵਾਕਿਆ ਨਹੀਂ ਹੈਗੀ ਯਾਰ ਅੰਮ੍ਰਿਤਸਰ ਹੈਗੀ ਹੈ, ਅੰਮ੍ਰਿਤਸਰ ਵਾਲੇ ਜੇ ਭੁਲੇਖੇ ਚੱਲਣ ਗੱਲ ਵੱਖਰੀ ਪਰ ਅੰਮ੍ਰਿਤਸਰ ਯਾਰ ਵੱਡਾ ਆ ਕਈ ਗੁਣਾ ਵੱਡਾ ਤੇ ਹੈਗਾ ਪਰ ਬਟਾਲੇ ਉਹ ਮਿਲ ਜਾਂਦੀਆਂ ਵਾ, ਮਿਲ ਜਾਂਦੀਆਂ ਮਿਲ ਜਾਂਦਾ ਸਾਰਾ ਕੁਝ ਮਿਲ ਜਾਂਦਾ, ਮਿਲ ਜਾਂਦਾ ਸਭ ਕੁਝ, ਇਹ ਆ ਵੀ ਥੋੜਾ ਜਿਹਾ ਰੇਟ ਤੇ ਅੰਮ੍ਰਿਤਸਰ ਨਾਲੋਂ ਥੋੜਾ ਰੇਟ ਦਾ ਫਰਕ ਟੱਪ ਹੋ ਜਾਂਦਾ, ਤਸਮੇ ਵਾਲਿਆਂ ਕੋਲ ਚੱਲ ਜਾਓ ਉੱਧਰ ਜਿੰਨੇ ਵੀ ਸ਼ੋਰੂਮ ਆ ਸਾਰੇ ਚੰਦਾ ਚੁੰਦਾ ਵਾਲੇ ਰੇਟ ਆਪ ਹੋ ਜਾਂਦਾ, ਜਿਹੜੀ ਮਰਜ਼ੀ ਵੈਰਾਈਟੀ ਲਓ ਇਦਾਂ ਦੀ ਗੱਲ ਨਹੀਂ ਆ, ਆਹੋ ਤੁਸੀਂ ਬਟਾਲੇ ਟੈਨਸ਼ਨ ਨਾ ਲਓ ਇਹਦੀਆਂ ਗੱਲਾਂ 'ਚ ਨਾ ਆਇਆ ਕਰੋ, ਬਸ ਇਹ ਆ ਵੀ ਮਾਇਆ ਥੋੜੀ ਵੱਧ ਲਿਆਉਣੀ ਪੈਣੀ ਹੈ, ਫਰਕ ਇਹ ਆ ਮਾਇਆ ਤੇ ਫਿਰ ਆਈ ਜਿੰਨਾ ਯਾਰ ਗੁੜ ਪਾਓਗੇ ਉਨਾ ਹੀ ਮਿੱਠਾ ਹੋਣਾ, ਬਿਲਕੁਲ ਬਿਲਕੁਲ, ਤੁਹਾਨੂੰ ਸ਼ਰਦਾਈ ਵਾਲੇ ਭਾਅ ਦੇ ਦਰਸ਼ਨ ਕਰਾਉਂਦੇ ਆ ਫਤਿਹ, ਤੂਫਾਨ ਸਿੰਘ ਨੂੰ ਮੈਂ ਜਾ ਰਹੇ ਆ ਪਹੁੰਚਣ ਵਾਲੇ ਆ, ਬਸ ਤੁਹਾਨੂੰ ਤੁਸੀਂ ਲੋਕੇਸ਼ਨ ਦੇਖ ਲਿਓ ਵੀ ਲੋਕੇਸ਼ਨ ਗੋਲਡਨ ਗੇਟ ਦੇ ਬਿਲਕੁਲ ਲੱਗੇ ਨੇੜੇ ਹੀ ਆ, ਬਸ ਥੋੜਾ ਪਿੱਛੇ ਆ ਚੌਂਕ ਪਾਰ ਕਰਦੇ ਆ, ਹਾਂ ਬਸ ਆਹ ਲੜੇ ਜਾਮ ਲੱਗ ਗਿਆ ਆ, ਹੁਣ ਵੇਟ ਕਰ ਰੈੱਡ ਲਾਈਟ ਹੋ ਗਈ ਆ, ਰੈੱਡ ਲਾਈਟ ਹੋ ਗਈ ਆ, ਬਾਕੀ ਤੂਫਾਨ ਸਿੰਘ ਦਾ ਜਿਹੜਾ ਵਲੌਗ ਹੈ ਇਹ ਤੁਹਾਨੂੰ ਕੱਲ੍ਹ ਨੂੰ ਦੇਖਣ ਨੂੰ ਮਿਲੂਗਾ ਅਗਲਾ ਵਲੌਗ ਜਿਹੜਾ ਹੋਊਗਾ, ਅਤੇ ਜੇ ਅੱਜ ਦਾ ਇਹ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ, ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਅਤੇ ਇੱਕ ਦੇ ਦਿਨ ਤੱਕ ਹਰਗੁਣ ਨੇ ਵੀ ਆ ਜਾਣਾ, ਤੁਸੀਂ ਸਾਰੇ ਜਾਣੇ ਕਮੈਂਟ ਕਰਨ ਡੇ ਹਰਗੁਣ ਨੇ ਕਦੋਂ ਆਉਣਾ, ਇੱਕ ਦੇ ਦਿਨ ਤੱਕ ਹਰਗੁਣ ਨੇ ਵੀ ਆ ਜਾਣਾ ਹੈ।